ਜਦੋਂ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਦੀਆਂ ਧਜੀਆਂ ਉਡਾਉਣ ਲੱਗ ਜਾਣ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ? ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ, ਇਹ ਬਠਿੰਡਾ ਦਾ ਕ੍ਰਾਈਮ ਬ੍ਰਾਂਚ ਦਾ DSP ਹੈ ਜੋ ਰਕੇਸ਼ ਕੁਮਾਰ, ਜੋ ਇੱਕ ਆਪਣੀ ਪ੍ਰਾਈਵੇਟ ਗੱਡੀ 'ਤੇ ਲਾਲ ਬੱਤੀ ਲਾਈ ਫਿਰਦਾ, ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ। ਔਰ ਇਹਨਾਂ ਦਾ ਕਹਿਣਾ ਕਿ ਮੈਨੂੰ ਅਜੇ ਤੱਕ ਸਰਕਾਰੀ ਗੱਡੀ ਨਹੀਂ ਮਿਲੀ, ਇਸ ਲਈ ਮੈਂ ਇਹ ਲਾਲ ਬੱਤੀ ਲਗਾਈ ਹੈ। ਤੁਸੀਂ ਦੇਖ ਰਹੇ ਹੋ ਇਹ ਜੋ ਤਸਵੀਰਾਂ ਨੇ, ਇਹ ਇੱਕ ਪ੍ਰਾਈਵੇਟ ਗੱਡੀ 'ਤੇ ਕ੍ਰੈਸਟਾ ਗੱਡੀ 'ਤੇ ਇੱਕ ਇਹਨਾਂ ਨੇ ਲਾਲ ਬੱਤੀ ਲਗਾਈ ਹੋਈ ਹੈ। ਤੁਸੀਂ ਦੇਖ ਰਹੇ ਹੋ ਇਹ DSP ਨੇ, ਕ੍ਰਾਈਮ ਬ੍ਰਾਂਚ ਦੇ ਰਕੇਸ਼ ਕੁਮਾਰ, ਜੋ ਇਹ ਆਪਣਾ ਬਠਿੰਡਾ ਵਿੱਚ ਵਿਖੇ ਤੈਨਾਤ ਨੇ। ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਹਜੇ ਤੱਕ ਕੋਈ ਵੀ ਸਰਕਾਰੀ ਗੱਡੀ ਨਹੀਂ ਮਿਲੀ, ਇਸ ਲਈ ਇਹ ਮੈਂ ਇਸ ਗੱਡੀ 'ਤੇ, ਪ੍ਰਾਈਵੇਟ ਗੱਡੀ 'ਤੇ ਲਾਲ ਬੱਤੀ ਲਗਾਈ ਹੈ। ਤੁਸੀਂ ਦੇਖ ਰਹੇ ਹੋ ਇਹ ਖੁਦ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਨੇ। ਅੱਗੇ ਤੁਹਾਨੂੰ ਸੁਣਾਉਣੇ ਆ ਇਹਨਾਂ ਦੀ ਜਵਾਨੀ ਕੀ ਕਹਿੰਦੇ ਨੇ DSP। ਭਾਅ ਜੀ ਕਿਹਦੀ ਗੱਡੀ ਹੈ ਜੀ? DSP ਹਾਂਜੀ, ਮੇਰੀ DSP ਕ੍ਰਾਈਮ ਬ੍ਰਾਂਚ। ਕ੍ਰਾਈਮ ਬ੍ਰਾਂਚ? ਅੱਛਾ ਅੱਛਾ, DSP ਕ੍ਰਾਈਮ ਬ੍ਰਾਂਚ। ਹਾਂਜੀ ਹਾਂਜੀ। ਨਹੀਂ ਪਰਸਾਂ ਗੱਡੀ ਤੁਹਾਡੀ? ਹਾਂ ਪਰਸਾਂ। ਕਿਹਨਾਂ ਤੁਹਾਡਾ? ਰਕੇਸ਼ ਕੁਮਾਰ। ਰਕੇਸ਼ ਕੁਮਾਰ? ਹਾਂਜੀ। ਅਤੇ ਪਰਸਾਂ ਗੱਡੀ ਤੁਸੀਂ ਲਾ ਸਕਦੇ ਹੋ ਪੱਤੀ? ਹਾਂਜੀ ਲਾ ਸਕਦੇ ਹਾਂ ਜੀ। ਹਾਂਜੀ ਲਾ ਸਕਦੇ ਹੋ? ਹਾਂ, ਕਿਉਂਕਿ ਮੇਰੇ ਕੋਲ ਸਰਕਾਰੀ ਗੱਡੀ ਹੈ ਨਹੀਂ ਹੈ। ਅੱਛਾ ਜੀ, ਸਰੇ ਬੱਤੀ ਦੀ ਹੈ। ਠੀਕ ਹੈ ਜੀ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।